ਇੱਕ ਡਾਕਟਰ ਕਹਿੰਦਾ ਮੈਂ ਫਕੀਰ ਆ ਦੂਜਾ ਡਾਕਟਰ ਕਹਿੰਦਾ ਮੈਂ ਆਪਣਾ ਹਸਪਤਾਲ ਵੇਚਦਾ ਕੱਲ ਲੋਕ ਸਭਾ ਹਲਕਾ ਪਟਿਆਲਾ ਦੀਆਂ ਚਾਰੋਂ ਮੁੱਖ ਪਾਰਟੀਆਂ ਦੇ ਉਮੀਦਵਾਰਾਂ ਦੀ ਗੱਲ ਕਰਾਂਗੇ ਆਮ ਆਦਮੀ ਪਾਰਟੀ ਤੋਂ ਡਾਕਟਰ ਬਲਬੀਰ ਸਿੰਘ ਕਾਂਗਰਸ ਪਾਰਟੀ ਤੋਂ ਡਾਕਟਰ ਧਰਮਵੀਰ ਗਾਂਧੀ ਸ਼੍ਰੋਮਣੀ ਅਕਾਲੀ ਦਲ ਤੋਂ ਐਨ ਕੇ ਸ਼ਰਮਾ ਤੇ ਭਾਰਤੀ ਜਨਤਾ ਪਾਰਟੀ ਤੋਂ ਪ੍ਰਨੀਤ ਕੌਰ ਡਾਕਟਰ ਧਰਮਵੀਰ ਗਾਂਧੀ ਕਰੋੜਾਂ ਦੇ ਮਾਲਕ ਨੇ 2023-24 ਦਾ ਆਪਣਾ ਜਿਹੜਾ ਡਾਟਾ ਦਿੱਤਾ ਹੈ 99 ਲੱਖ 39810 ਰੁਪਏ ਦੀ ਰਿਟਰਨ ਭਰੀ ਹੈ ਸਸ਼ੀਕਾਲ ਜੀ ਪ੍ਰੋਗਰਾਮ ਬੋਲਦਾ ਪੰਜਾਬ ਤੋਂ ਤੁਹਾਡਾ ਸਵਾਗਤ ਹੈ ਅੱਜ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਲੋਕ ਸਭਾ ਪਟਿਆਲਾ ਦੇ ਦੋ ਉਮੀਦਵਾਰਾਂ ਦੀ ਗੱਲ ਕਰਾਂਗੇ ਬੇਸ਼ੱਕ ਉਹ ਪੇਸ਼ੇਵਰ ਜਿਹੜੇ ਨੇ ਉਹ ਦੋਨੇ ਡਾਕਟਰ ਨੇ ਪਰ ਅਲੱਗ-ਅਲੱਗ ਜਿਹੜਾ ਪਾਰਟੀ ਦੇ ਵਿੱਚੋਂ ਜਿਹੜੇ ਚੋਣ ਨੇ ਉਹ ਲੜ ਰਹੇ ਨੇ ਕਿਉਂਕਿ ਲੋਕਾਂ ਦੇ ਮਨ ਦੇ ਵਿੱਚ ਇਹੀ ਹੁੰਦਾ ਹੈ ਕਿ ਜਿਹੜੇ ਉਮੀਦਵਾਰ ਹੁੰਦੇ ਨੇ ਸ਼ਾਇਦ ਉਹਨਾਂ ਦੇ ਕੋਲ ਖਾਸਾ ਪੈਸਾ ਹੁੰਦਾ ਕਿਉਂਕਿ ਅਕਸਰ ਕਿਹਾ ਜਾਂਦਾ ਹੈ ਕਿ ਜਿਹੜੇ ਉਮੀਦਵਾਰ ਜਿਹੜੇ ਨੇ ਉਹ ਆਪਣੇ ਆਪ ਨੂੰ ਜਿਹੜਾ ਗਰੀਬ ਦੱਸਦੇ ਨੇ ਜਾਂ ਫਿਰ ਕਿਹਾ ਜਾਂਦਾ ਕਿ ਅਸੀਂ ਆਮ ਘਰਾਂ ਦੇ ਵਿੱਚੋਂ ਆ ਬੇਸ਼ੱਕ ਉਹਨਾਂ ਦੇ ਵੱਲੋਂ ਜਿਹੜੀ ਚੋਣ ਕਮਿਸ਼ਨ ਨੂੰ ਜਿਹੜੀ ਇੱਕ ਲਿਸਟ ਜਾਰੀ ਕੀਤੀ ਜਾਂਦੀ ਹੈ ਜਾਨਕਿ ਡੀਟੇਲ ਦਿੱਤੀ ਜਾਂਦੀ ਹੈ ਤਾਂ ਉਹਦੇ ਵਿੱਚ ਸਾਰਾ ਜਿਹੜਾ ਵੇਰਵਾ ਦਿੱਤਾ ਜਾਂਦਾ ਹੈ ਕਿ ਕਿੰਨੇ ਉਹਦੇ ਅਕਾਊਂਟ ਦੇ ਵਿੱਚ ਪੈਸੇ ਨੇ ਕਿੰਨੀ ਉਹਦੀ ਪ੍ਰਾਪਤੀ ਹੈ ਤੇ ਕਿੰਨਾ ਦਾ ਕਾਰੋਬਾਰ ਹੈ ਤੇ ਕਿੰਨੇ ਜਿਹੜੇ ਕੇਸ ਨੇ ਉਹਦੇ ਉੱਪਰ ਦਰਜ ਨੇ ਅੱਜ ਅਸੀਂ ਇਸ ਤੇ ਚਰਚਾ ਕਰਾਂਗੇ ਮੇਨਾ ਚਰਚਾ ਕਰਨ ਦੇ ਲਈ ਮੇਰੇ ਸਹਿਯੋਗੀ ਗੁਰਮukh Singh Rupana ji ਮੌਜੂਦ ਨੇ ਦੋ ਡਾਕਟਰ ਨੇ ਕਿੰਨੇ ਪੈਸੇ ਉਹਨਾਂ ਦੇ ਅਕਾਊਂਟ ਦੇ ਵਿੱਚ ਜਮਾ ਨੇ ਕਿੰਨੀ ਉਹਨਾਂ ਦੀ ਪ੍ਰਾਪਰਟੀ ਹੈ ਇਹ ਸਾਰੀ ਜਿਹੜੀ ਜਾਣਕਾਰੀ ਹੈ ਮੇਰੇ ਸਹਿਯੋਗੀ ਗੁਰਮੁਖ ਸਿੰਘ ਰਪਾਣਾ ਜੀ ਦੇਣਗੇ ਰਪਾਣਾ ਸ਼ਸ਼ੀਕਲ ਜੀਕਲ ਜੀ ਰਪਾਣਾ ਜੀ ਕਹਿੰਦੇ ਪਟਿਆਲਾ ਜ਼ਿਲ੍ਹੇ ਦੇ ਵਿੱਚ ਦੋ ਡਾਕਟਰ ਨੇ ਦੋਨੇ ਵੱਖ-ਵੱਖ ਪਾਰਟੀਆਂ ਤੋਂ ਲੜ ਰਹੇ ਨੇ ਇੱਕ ਡਾਕਟਰ ਦਾ ਕਹਿੰਦਾ ਮੈਂ ਫਕੀਰ ਆ ਦੂਜਾ ਡਾਕਟਰ ਕਹਿੰਦਾ ਮੈਂ ਆਪਣਾ ਹਸਪਤਾਲ ਵੇਚਤਾ ਵੀ ਮੈਂ ਤਾਂ ਚੋਣ ਲੜ ਰਿਹਾ ਤੇ ਇਹਨਾਂ ਦੀ ਵਾਕੀ ਇੱਕ ਨੇ ਹਸਪਤਾਲ ਵੇਚਿਆ ਦੂਜਾ ਫਕੀਰ ਦੱਸ ਰਿਹਾ ਤੇ ਫਿਰ ਇਹਨਾਂ ਦੀ ਪ੍ਰਾਪਰਟੀ ਕਿੰਨੀ ਹੈ ਤੇ ਕਾਰੋਬਾਰ ਕੀ ਹੈ ਇਹਨਾਂ ਦਾ ਤੇ ਕਾਉਂਟ ਜਿਹੜਾ ਅਕਾਊਂਟ ਬੈਲੈਂਸ ਆ ਉਹ ਕੀ ਬੋਲ ਰਿਹਾ ਅਮਰਜੀਤ ਗੱਲ ਤਾਨੂੰ ਵੀ ਪਤਾ ਹੈ ਦਰਸ਼ਕਾਂ ਨੂੰ ਵੀ ਪਤਾ ਹੈ ਇੱਕ ਪੰਜਾਬੀ ਦੀ ਕਹਾਵਤ ਹੈ ਕਿ ਹਾਥੀ ਦੇ ਦੰਦ ਦਿਖਾਉਣ ਲਈ ਕੁਝ ਹੋਰ ਤੇ ਖਾਣ ਲਈ ਕੋਈ ਹੋਰ ਹੁੰਦਾ ਹੈ ਉਹ ਇੱਕ ਪੰਜਾਬੀ ਦੀ ਕਹਾਵਤ ਹੈ ਹੁਣ ਗੱਲ ਇਹ ਹੈ ਕਿ ਤੁਸੀਂ ਆਪਣੇ ਆਪ ਨੂੰ ਫਕੀਰ ਦੱਸੋ ਚਾਹੇ ਅਮੀਰ ਦੱਸੋ ਚਾਹੇ ਗਰੀਬ ਦੱਸੋ ਬਿਲਕੁਲ ਜਿਹੜੀ ਲਿਖਤੀ ਹੈ ਤੁਸੀਂ ਆਪਣੇ ਹੱਥ ਨਾਲ ਲਿਖ ਕੇ ਦਿੱਤੀ ਹੋਈ ਹੈ ਹਮ ਤੇ ਉਸ ਤੋਂ ਤੁਸੀਂ ਮੁਕਰ ਨਹੀਂ ਸਕਦੇ ਬਿਲਕੁਲ ਠੀਕ ਹੈ ਚਾਹੇ ਮੈਂ ਹੋਵਾਂ ਚਾਹੇ ਤੁਸੀਂ ਹੋ ਜਿਹੜਾ ਮਰਜ਼ੀ ਹੋਵੇ ਚਾਹੇ ਕੋਈ ਡਾਕਟਰ ਆ ਚਾਹੇ ਮਾਸਟਰ ਆ ਚਾਹੇ ਟੀਚਰ ਆ ਚਾਹੇ ਪ੍ਰਿੰਸੀਪਲ ਆ ਕੋਈ ਵੀ ਹੋਵੇ ਕੋਈ ਵੀ ਹੋਵੇ ਅਮੀਰ ਗਰੀਬ ਅਫਸਰ ਕੋਈ ਹੋਵੇ ਜਦੋਂ ਉਹਨੇ ਆਪਣੇ ਹੱਥ ਨਾਲ ਲਿਖ ਕੇ ਦਿੱਤਾ ਖਾਸ ਕਰਕੇ ਚੋਣ ਕਮਿਸ਼ਨ ਕੋਲ ਆਪਣੀ ਜਿਹੜੀ ਡਿਟੇਲ ਦੇਤੀ ਤਾਂ ਉਹਦੇ ਤੋਂ ਪਤਾ ਲੱਗ ਗਿਆ ਕਿ ਤੁਸੀਂ ਕਿੰਨੇ ਕੁ ਫਕੀਰ ਹੋ ਕਿੰਨੇ ਕੁ ਗਰੀਬ ਹੋ ਤੇ ਕਿੰਨੇ ਕੁ ਅਮੀਰ ਹੋ ਇਹ ਚੀ ਸਾਰੀ ਜਾਣਕਾਰੀ ਲੋਕਾਂ ਦੇ ਸਾਹਮਣੇ ਆ ਔਰ ਜਿਹੜੀ ਜਾਣਕਾਰੀ ਅਸੀਂ ਦੇ ਰਹੇ ਆ ਅੱਜ ਕੋਸ਼ਿਸ਼ ਕਰਾਂਗੇ ਦੇਣ ਦੀ ਤਾਂ ਉਹ ਕੋਈ ਵੀ ਦਰਸ਼ਕ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੇ ਵੈਬਸਾਈਟ ਤੇ ਜਾ ਕੇ ਚੈੱਕ ਕਰ ਸਕਦਾ ਬਿਲਕੁਲ ਸਿਰਫ ਗੱਲ ਉਹਨਾਂ ਦੋ ਡਾਕਟਰਾਂ ਦੀ ਨਹੀਂ ਗੱਲ ਲੋਕ ਸਭਾ ਹਲਕਾ ਪਟਿਆਲਾ ਦੀਆਂ ਚਾਰੋਂ ਮੁੱਖ ਪਾਰਟੀਆਂ ਦੇ ਉਮੀਦਵਾਰਾਂ ਦੀ ਗੱਲ ਕਰਾਂਗੇ ਜਿਦੇ ਵਿੱਚ ਆਮ ਆਦਮੀ ਪਾਰਟੀ ਤੋਂ ਡਾਕਟਰ ਬਲਬੀਰ ਸਿੰਘ ਹੂੰ ਕਾਂਗਰਸ ਪਾਰਟੀ ਤੋਂ ਡਾਕਟਰ ਧਰਮਵੀਰ ਗਾਂਧੀ ਸ਼੍ਰੋਮਣੀ ਅਕਾਲੀ ਦਲ ਤੋਂ ਐਨ ਕੇ ਸ਼ਰਮਾ ਤੇ ਭਾਰਤੀ ਜਨਤਾ ਪਾਰਟੀ ਤੋਂ ਪ੍ਰਨੀਤ ਕੌਰ ਲੋਕ ਇਹ ਵੀ ਸੋਚ ਰਹੇ ਹੋਣਗੇ ਕਿ ਸ਼ਾਇਦ ਇਹ ਦੋ ਡਾਕਟਰਾਂ ਦੀ ਗੱਲ ਕਰ ਰਹੇ ਨੇ ਤੇ ਬਾਕੀ ਜਿਹੜੇ ਉਮੀਦਵਾਰਾਂ ਦੀ ਨਹੀਂ ਬਿਲਕੁਲ ਚਾਰਾਂ ਦੀ ਗੱਲ ਚਾਰਾਂ ਦੀ ਕਰਾਂਗੇ ਚਾਰ ਪਾਰਟੀਆਂ ਦੀ ਕਿਉਂਕਿ ਸਮਾਂ ਬੜਾ ਘੱਟ ਹੁੰਦਾ ਕਿਉਂਕਿ ਨਾ ਵਾਰੀ-ਵਾਰੀ ਸੀ ਤੁਹਾਨੂੰ ਸਾਰੇ ਜਿਹੜੇ 13 ਹਲਕੇ ਨੇ ਜਾਂ ਖਾਸ ਤੌਰ ਤੇ ਜਿਹੜਾ 13 ਉਮੀਦਵਾਰ ਨੇ ਵੱਖ-ਵੱਖ ਪਾਰਟੀਆਂ ਤੋਂ ਜਿਹੜੇ ਨੇ ਉਹ ਉਮੀਦਵਾਰ ਉਤਾਰੇ ਗਏ ਨੇ ਤਾਂ ਉਹਨਾਂ ਸਾਰੇ ਉਮੀਦਵਾਰਾਂ ਦੀ ਜਿਹੜੀ ਗੱਲ ਹੋਊਗੀ ਪਰ ਅੱਜ ਅਸੀਂ ਗੱਲ ਜਿਹੜਾ ਖਾਸ ਤੌਰ ਤੇ ਪਟਿਆਲਾ ਜ਼ਿਲ੍ਹੇ ਦੇ ਜਿਹੜੇ ਦੋ ਉਮੀਦਵਾਰ ਨੇ ਤਾਂ ਉਹਨਾਂ ਦੀ ਗੱਲ ਕਰ ਰਹੇ ਹਾਂ ਹਾਂ ਕਿਉਂਕਿ ਦਰਸ਼ਕੋ ਗੱਲ ਇਹ ਆ ਕਿ ਸਾਡੇ ਕੋਲ ਸਮਾਂ ਸਿਰਫ 12 ਤੋਂ 15 ਮਿੰਟ ਹੁੰਦਾ ਤੇ ਇਸ ਟਾਈਮ ਦੇ ਵਿੱਚ ਅਸੀਂ ਦੋ ਉਮੀਦਵਾਰਾਂ ਦੀ ਗੱਲ ਕਰਾਂਗੇ ਤੇ ਦੋ ਉਮੀਦਵਾਰਾਂ ਦੀ ਜਾਣਕਾਰੀ ਉਹ ਤੁਹਾਨੂੰ ਕੱਲ ਦੇਵਾਂਗੇ ਹੁਣ ਗੱਲ ਇਹ ਹੈ ਕਿ ਇਹ ਦੋਨੋਂ ਡਾਕਟਰ ਉਮੀਦਵਾਰ ਦਰਸ਼ਕਾਂ ਨੂੰ ਤਾਂ ਵੈਸੇ ਪਤਾ ਪਰ ਫਿਰ ਵੀ ਆਪਾਂ ਦੱਸ ਦਿੰਨੇ ਆ ਕਿ 2014 ਦੇ ਵਿੱਚ ਡਾਕਟਰ ਧਰਮਵੀਰ ਗਾਂਧੀ ਚੋਣ ਲੜੇ ਤੇ ਡਾਕਟਰ ਬਲਵੀਰ ਉਹਨਾਂ ਨੇ ਚੋਣ ਲੜਾਈ ਉਹਨਾਂ ਦੀ ਉਹਨਾਂ ਦੇ ਚੋਣ ਇੰਚਾਰਜ ਸੀ ਕੈਂਪੇਨ ਇੰਚਾਰਜ ਸੀ ਤੇ ਦੋਨੋਂ ਇਕੱਠੇ ਸੀ ਇੱਕੋ ਪਾਰਟੀ ਦੇ ਵਿੱਚ ਸੀ ਅੱਜ 2024 ਦੇ ਵਿੱਚ 10 ਸਾਲ ਬਾਅਦ ਸਨੀਓਰੀਓ ਟੋਟਲ ਚੇਂਜ ਹੋ ਗਿਆ ਡਾਕਟਰ ਬਲਵੀਰ ਖੁਦ ਉਮੀਦਵਾਰ ਨੇ ਤੇ ਡਾਕਟਰ ਧਰਮਵੀਰ ਗਾਂਧੀ ਕਾਂਗਰਸ ਪਾਰਟੀ ਤੋਂ ਉਮੀਦਵਾਰ ਨੇ ਹੁਣ ਗੱਲ ਅਮਰਜੀਤ ਇਹ ਹੈ ਕਿ ਆਪਾਂ ਗੱਲ ਕਰਦੇ ਆ ਡਾਕਟਰ ਧਰਮਵੀਰ ਗਾਂਧੀ ਸ਼ੁਰੂਆਤ ਕਰਦੇ ਆ ਜਿਹੜੇ ਕਾਂਗਰਸ ਤੋਂ ਜਿਹੜੇ ਚੌਂ ਕਾਂਗਰਸ ਪਾਰਟੀ ਤੋਂ ਚੋਣ ਲੜ ਰਹੇ ਨੇ ਡਾਕਟਰ ਧਰਮਵੀਰ ਗਾਂਧੀ ਕਰੋੜਾਂ ਦੇ ਮਾਲਕ ਨੇ ਉਹਨਾਂ ਕੋਲ ਐਫ ਡੀਆਂ ਨੇ ਕਰੋੜਾਂ ਰੁਪਏ ਦੀਆਂ ਤੇ ਉਹਨਾਂ ਕੋਲ ਜ਼ਮੀਨ ਹੈ ਜਾਇਦਾਦ ਹੈ ਤੇ ਉਹ ਵਾਹੀਯੋਗ ਜ਼ਮੀਨ ਦੇ ਵੀ ਮਾਲਕ ਨੇ ਤੇ ਉਹਨਾਂ ਕੋਲ ਪਲਾਟ ਮਕਾਨ ਕੋਠੀਆਂ ਸਾਰੀ ਚੀਜ਼ ਦੇ ਮਾਲਕ ਨੇ ਉਹ ਇਕੱਲੇ ਨਹੀਂ ਉਹਨਾਂ ਦੀ ਧਰਮ ਪਤਨੀ ਦਾ ਵੀ ਵਿੱਚ ਇਹਨਾਂ ਦਾ ਸ਼ੇਅਰ ਹੈ ਹੁਣ ਗੱਲ ਇਹ ਹੈ ਕਿ ਡਾਕਟਰ ਧਰਮਵੀਰ ਗਾਂਧੀ ਕੋਲ ਜਿਹੜੀ ਉਹਨਾਂ ਨੇ ਚੋਣ ਕਮਿਸ਼ਨ ਨੂੰ ਲਿਖਤੀ ਦਿੱਤੀ ਹੈ ਉਹਨਾਂ ਨੇ 2023-24 ਦਾ ਆਪਣਾ ਜਿਹੜਾ ਡਾਟਾ ਦਿੱਤਾ ਹੈ ਉਹਨਾਂ ਨੇ 97 ਲੱਖ 39810 ਰੁਪਏ ਦੀ ਰਿਟਰਨ ਭਰੀ ਹੈ ਤੇ ਜਦੋਂ ਕਿ ਉਹਨਾਂ ਦੀ ਧਰਮ ਪਤਨੀ ਜਗਦੰਬਾ ਕੌਂਸ਼ਲ ਨੇ 1422620 ਰੁਪਏ ਦੀ ਰਿਟਰਨ ਫਾਈਲ ਕੀਤੀ ਆ ਜਾਨਕੀ ਜਿਹੜੀ ਆਪਾਂ ਸਰਕਾਰ ਨੂੰ ਜਿਹੜਾ ਬਿਲਕੁਲ ਜਿਹੜੀ ਆਪਾਂ ਇਨਕਮ ਟੈਕਸ ਹੁੰਦੈ ਨੀ ਬਿਲਕੁਲ ਹੁਣ ਨਗਦੀ ਦੀ ਗੱਲ ਕਰੀਏ ਕਿ ਡਾਕਟਰ ਧਰਮਵੀਰ ਗਾਂਧੀ ਕੋਲ 70000 ਰੁਪਏ ਦੀ ਨਗਦੀ ਹੈ ਤੇ ਉਹਨਾਂ ਦੀ ਪਤਨੀ ਕੋਲ 60000 ਰੁਪਏ ਦੀ ਨਕਦੀ ਹੈ ਦਰਸ਼ਕੋ ਜੇਕਰ ਅਗਰ ਤੁਸੀਂ ਇਹ ਸਾਰੀ ਦਾ ਜਿਹੜਾ ਜੋਰ ਲਾਉਣਾ ਚਾਹੁੰਦੇ ਹੋ ਤਾਂ ਪੈਨ ਕਾਪੀ ਚੱਕ ਕੇ ਨਾਲ ਦੀ ਨਾਲ ਕੋਸ਼ਿਸ਼ ਕਰੋ ਉਹਨੂੰ ਲਿਖੇ ਚੱਲੋ ਬਿਲਕੁਲ ਹੁਣ ਉਹਨਾਂ ਕੋਲ ਇੱਕ ਗ੍ਰਾਂਟ ਖਾਤਾ ਡਾਕਟਰ ਧ ਜਿਦੇ ਵਿੱਚ 25,37,796 ਰੁਪਏ ਜਮਾ ਨੇ ਇੱਕ ਸੇਵਿੰਗ ਅਕਾਊਂਟ ਖਾਤਾ ਉਹਨਾਂ ਕੋਲ SBI ਦਾ ਜਿਦੇ ਵਿੱਚ 55,22,708 ਰੁਪਏ ਜਮਾ ਨੇ ਇੱਕ PNB ਦਾ ਖਾਤਾ ਉਹਨਾਂ ਦੇ ਕੋਲ ਜਿਦੇ ਵਿੱਚ 10,43,983 ਰੁਪਏ ਉਹਦੇ ਵਿੱਚ ਪਏ ਨੇ ਇਹ ਸਾਰੀ ਜਿਹੜੀ ਡਿਟੇਲ ਆ ਇਹ ਉਹਨਾਂ ਨੂੰ ਚੋਣ ਕਮਿਸ਼ਨ ਨੂੰ ਦਿੱਤੀ ਆ ਉਸ ਤੋਂ ਬਾਅਦ ਇੱਕ SBI ਚ ਖਾਤਾ ਹੋਰ ਆ ਜਿਦੇ ਵਿੱਚ 2,73,708 ਰੁਪਏ ਜਮਾ ਨੇ ਇਸੇ ਤਰ੍ਹਾਂ ਉਹਨਾਂ ਕੋਲ ਇੱਕ ਗੱਡੀ ਐ ਜਦੀ ਕੀਮਤ 25 ਲੱਖ ਰੁਪਏ ਆ ਉਸ ਤੋਂ ਉਹਨਾਂ ਕੋਲ ਜ਼ਮੀਨ ਹੈ 4.60 ਏਕੜ ਤੇ ਜਿਹਦੀ ਕੀਮਤ 8 ਲੱਖ 60 ਹਜ਼ਾਰ ਰੁਪਏ ਕਿਉਂਕਿ ਜੀ ਜ਼ਮੀਨ ਦੀ ਕੀਮਤ ਘਟ ਇਸ ਕਰਕੇ ਹੈ ਤੇ ਆਨੰਦਪੁਰ ਸਾਹਿਬ ਦੇ ਸਾਈਡ ਤੇ ਪੈਂਦੀ ਹੈ ਅਮਰਜੀਤ ਆਨੰਦਪੁਰ ਸਾਹਿਬ ਦੇ ਕੁਝ ਇਲਾਕੇ ਇਦਾਂ ਦੇ ਨੇ ਜਿੱਥੇ ਜ਼ਮੀਨ ਦਾ ਰੇਟ ਬਿਲਕੁਲ ਘਟ ਹੈ ਕਿਉਂਕਿ ਉਹ ਪੱਥਰਾਂ ਦਾ ਇਲਾਕਾ ਉੱਥੇ ਲਈ ਸਾਹਿਬ ਹਮੇਸ਼ਾ ਹੀ ਆਪਾਂ ਦੇਖਦਾ ਅਗਲਾ ਕਹਿੰਦਾ ਵੀ ਹਾਂ ਇਨਵੈਸਟਰੀ ਹੈ ਜ਼ਮੀਨ ਤੇ ਬਿਲਕੁਲ ਉਹ ਪਥਰੀਲਾ ਇਲਾਕਾ ਇਸ ਕਰਕੇ ਜ਼ਮੀਨ ਦੇ ਰੇਟ ਬਹੁਤ ਘਟ ਨੇ ਠੀਕ ਹੈ ਅਗਲੀ ਗੱਲ ਉਸ ਤੋਂ ਬਾਅਦ ਇੱਕ 8 ਏਕੜ ਜ਼ਮੀਨ ਹੋਰ ਉਹਨਾਂ ਕੋਲ ਜਿਹਦੀ ਕੀਮਤ 24 ਲੱਖ 75000 ਰੁਪਇਆ ਇੱਕ ਡੇਢ ਏਕੜ ਜ਼ਮੀਨ ਹੋਰ ਹੈ ਜੀ ਦੀ ਕੀਮਤ 15 ਲੱਖ ਰੁਪਇਆ ਇੱਕ ਉਹਨਾਂ ਦੇ ਕੋਲ ਆਨੰਦਪੁਰ ਸਾਹਿਬ ਦੇ ਵਿੱਚ ਇਲਾਕੇ ਦੇ ਵਿੱਚ ਵੀ ਇੱਕ ਮਕਾਨ ਹੈ ਜੀ ਕੀਮਤ 2 ਲੱਖ ਰੁਪਇਆ ਮਕਾਨ ਹੈ ਕੋਈ ਛੋਟਾ ਮਕਾਨ ਹੋਵੇਗਾ ਜਿਵੇਂ ਆਪਿੰਡਾਂ ਦੇ ਵਿੱਚ ਹੁੰਦੇ ਨੇ ਹੋ ਸਕਦਾ ਉਹਨਾਂ ਦੇ ਪਿੰਡ ਦਾ ਘਰ ਦਾ ਜਿਹੜੇ ਪੁਰਾਣੇ ਰਹਿਸ਼ਾ ਉੱਥੋਂ ਦਾ ਵੀ ਹੋ ਸਕਦਾ ਉਸ ਤੋਂ ਬਾਅਦ ਇੱਕ ਮਕਾਨ 2 ਕਰੋੜ 10 ਲੱਖ ਰੁਪਏ ਦੀ ਕੀਮਤ ਜਿਹੜੀ ਸਾਰਿਆਂ ਦੀ ਬਣਦੀ ਹੈ ਹੁਣ 1 ਕਰੋੜ 1947695 ਇੱਕ ਬੰਦੇ ਆ ਉਹਨਾਂ ਦੇ ਤੇ 2 ਕਰੋੜ 18 ਲੱਖ 60000 ਰੁਪਇਆ ਇੱਕ ਬੰਦਾ ਟੋਟਲ ਜਿਹੜੇ ਡਾਕਟਰ ਧਰਮਵੀਰ ਗਾਂਧੀ ਦੇ ਜਿਹੜੀ ਆ ਪਾ ਇਨਵੈਸਟਮੈਂਟ ਦਾ ਪਾ ਜਿਹੜਾ ਹੁਣ ਦੱਸਿਆ 3 ਕਰੋੜ 982695 ਬਣਦੇ ਆ ਯਾਨੀ ਕਿ 3 ਕਰੋੜ ਦੇ ਕਰੀਬ ਆਸ-ਪਾਸ ਜਿਹੜਾ 4 ਕਰੋੜ ਦੇ ਆ ਉਹ ਗੱਲ ਉਹਨਾਂ ਦੇ ਡਾਕਟਰ ਉਹਨਾਂ ਦੇ ਧਰਮਪਤਨੀ ਜਗਦੰਬਾ ਕਾਉਂਸਲਟ ਤੇ ਆ ਜਾਂਦੀ ਆ ਉਹਨਾਂ ਦਾ ਵੀ ਬੜਾ ਲੰਮਾ ਚੌੜਾ ਹਿਸਾਬ ਆ ਉਹਨਾਂ ਕੋਲ ਇੱਕ ਐਫ ਡੀਆਈ ਹੈ 60000 ਪਹਿਲਾਂ ਦੱਸਿਆ ਕਿ ਉਹਨਾਂ ਕੋਲ ਨਗਦੀ ਹੈ ਇੱਕ ਐਫ ਡੀ ਆ ਉਹਨਾਂ ਦੀ 39,68,228 ਰੁਪਏ ਦੀ ਇੱਕ ਹੈਗੀ ਆ 26,51,309 ਰੁਪਏ ਦੀ ਇੱਕ ਹੈਗੀ ਆ 16,11,179 ਰੁਪਏ ਦੀ ਇਹ ਸਾਰੀਆਂ ਐਫ ਡੀ ਆ ਜਿਹੜੀਆਂ ਬੈਂਕ ਦੀ ਡਿਟੇਲ ਆ ਉਸੇ ਤਰ੍ਹਾਂ ਇੱਕ ਉਹਨਾਂ ਦਾ ਸੇਵੀ ਖਾਤਾ ਉਹਨਾਂ ਦਾ ਪੀ ਐਨ ਵਿੱਚ ਉੱਚ 83,96,763 ਰੁਪਏ ਜਮਾ ਨੇ ਇਸੇ ਤਰ੍ਹਾਂ ਇੱਕ ਹੋਰ ਖਾਤਾ ਉਹਦੇ ਵਿੱਚ 30,88,491 ਰੁਪਏ ਜਮਾ ਨੇ ਇਸੇ ਤਰ੍ਹਾਂ ਇੱਕ ਉਹਨਾਂ ਦੀ ਐਫ ਡੀ ਆਈ ਐਫ ਡੀ ਆਰ ਹੋਰ ਹੈ ਤੇ ਉਹਦੇ ਚ ਜਿਹੜਾ ਐਫ ਡੀ ਆਰ ਇੱਕ ਹੋਰ ਜਿਹੜੀ ਆਪਾਂ ਉਹ ਨਵੀਂ ਗੱਲ ਕਰ ਰਹੇ ਆ 11 ਲੱਖ 27000 ਉਹਦੇ ਚ ਜਿਹੜਾ ਹੈਗੇ ਨੇ ਉਸ ਤਰ੍ਹਾਂ 골ਡ ਉਹਨਾਂ ਕੋਲ ਉਹਦੀ ਕੀਮਤ 7 ਲੱਖ 80000 ਰੁਪਏ ਆ ਇਸੇ ਤਰ੍ਹਾਂ ਇੱਕ ਉਹਨਾਂ ਦਾ ਸੰਗਰੂਰ ਚ ਪਲਾਟ ਪਿਆ ਜਿਹਦੀ ਕੀਮਤ 22 ਲੱਖ ਰੁਪਏ ਆ ਇਸੇ ਤਰ੍ਹਾਂ ਇੱਕ ਸੋਲਨ ਦੇ ਵਿੱਚ ਵੀ ਇਹਨਾਂ ਦਾ ਜਿਹੜਾ ਮਕਾਨ ਕੰਮ ਪਲਾਟ ਜਿਹੜਾ ਹੈਗਾ ਉਹਦੀ ਕੀਮਤ 8 ਲੱਖ ਰੁਪਏ ਆ ਆਮੀ ਆਪਾਂ ਦੇਖਿਆ ਜਾਂਦਾ ਕਿ ਜਿਹੜੇ ਲੀਡਰ ਨੇ ਲੀਡਰ ਲੋਕ ਸੋਚ ਰਹੇ ਸੀਗਾ ਕਿ ਜਿਹੜੇ ਵੱਡੇ ਵੱਡੇ ਲੀਡਰ ਨੇ ਕੈਪਟਨ ਉਮਰਿੰਦਰ ਸਿੰਘ ਵਰਗੇ ਜਾਂ ਹੋਰ ਵੱਡੇ ਲੀਡਰ ਹੈ ਉਹਨਾਂ ਨੇ ਆਪਣੇ ਸੋਲਨ ਦੇ ਵਿੱਚ ਆਪਣੇ ਮਕਾਨ ਪਲਾਟ ਰੱਖੇ ਨੇ ਪਰ ਡਾਕਟਰ ਧਰਮਵੀਰ ਗਾਂਧੀ ਨੇ ਵੀ ਇੱਕ 16 ਦੇ ਵਿੱਚ ਮਕਾਨ ਤੇ ਪਲਾਟ ਰੱਖਿਆ ਹੋਇਆ ਠੀਕ ਹੈ ਕਿਉਂਕਿ ਵੈਸੇ ਸ਼ੌਕ ਹੁੰਦੇ ਨੇ ਵੱਡੇ ਲੀਡਰਾਂ ਦੇ ਕਿ ਜਿਹੜੇ ਪਹਾੜੀਆਂ ਦੇ ਵਿੱਚ ਆਪਾਂ ਬਾਦੀਆਂ ਚ ਜਾਣਾ ਹੈ ਕਿਰਾਏ ਦਾ ਭਾਜੀ ਆਪਾਂ ਗੱਲ ਕੀਤੀ ਜਾਵੇ ਤਾਂ ਰਵਾਨਾ ਜੀ ਤਾਂ ਕਹਿੰਦੇ ਮੈਂ ਫਕੀਰ ਹਾਂ ਹਾਂ ਮੈਂ ਕੀਰ ਨੂੰ ਵੋਟਾਂ ਪਾਈਆਂ ਬਿਲਕੁਲ ਅੱਗੇ ਹਲੇ ਹੋਰ ਇਹਨਾਂ ਦਾ ਪਿਆ ਹਲੇ ਹੋਰ ਹੈ ਪਟਿਆਲਾ 'ਚ ਇੱਕ ਮਕਾਨ ਹੈ 60 ਲੱਖ ਦਾ ਇੱਕ ਮਕਾਨ ਹੋਰ ਆ ਪਟਿਆਲਾ 'ਚ ਉਹਦੀ ਕੀਮਤ 55 ਲੱਖ ਰੁਪਏ ਆ ਜਿੱਥੇ ਰਹਿائش ਹੈ ਉਹਦੀ ਕੀਮਤ 27 ਲੱਖ ਰੁਪਏ ਆ ਤਾਂ ਇਸ ਤਰ੍ਹਾਂ ਕੁੱਲ ਮਲਾ ਕੇ ਇਹਨਾਂ ਦੀ ਕੀਮਤ ਜਿਹੜੀ ਉਹਦੀ ਪਤਨੀ ਦੇ ਕੋਲ ਜਿਹ ਨਕਦੀ ਜਿਹੜਾ ਇਹਨਾਂ ਦਾ ਸਿਸਟਮ ਟੋਟਲ ਉਹ ਕਰੋੜਾ ਰੁਪਏ ਦੇ ਵਿੱਚ ਆਉਂਦਾ ਤਾਂ ਇਸ ਕਰਕੇ ਪਤੀ ਪਤਨੀ ਜਿਹੜੇ ਆਪਾਂ ਦੋਨਾਂ ਦੀ ਜਾਇਦਾਦ ਕੈਸ਼ ਨਕਦੀ ਦਾ ਜਿਹੜੇ ਸੋਨਾ ਜੋ ਵੀ ਸਾਰਾ ਮਲਾਈਏ ਤਾਂ ਉਹਦੀ ਕੀਮਤ ਵੀ ਜਿਹੜੀ ਹੈ ਕਰੋੜਾਂ ਰੁਪਏ ਦੇ ਵਿੱਚ ਆਉਂਦੀ ਹੈ ਇਸ ਕਰਕੇ ਜਿਹਨੂੰ ਤੁਸੀਂ ਫਕੀਰ ਦਾ ਕਹ ਰਹੇ ਸੀਗੇ ਤਾਂ ਉਹਨਾਂ ਕੋਲੇ ਜਾਇਦਾਦ ਹੈ ਅਗਰ ਜੇ ਦਰਸ਼ਕ ਉਸ ਤੋਂ ਵੀ ਜ਼ਿਆਦਾ ਜਾਣਕਾਰੀ ਚਾਹੁੰਦੇ ਹੋ ਤਾਂ ਉਹਨਾਂ ਦੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀ ਰੈਡ ਨੋਟ ਸਾਈਟ ਤੇ ਜਾਓ ਤਾਂ ਉੱਥੇ ਤੁਹਾਨੂੰ ਡਾਕਟਰ ਧਰਮਵੀਰ ਗਾਂਧੀ ਤੇ ਆ ਜਾਏਗਾ ਉੱਥੇ ਸਾਈਡ ਦੇ ਉੱਪਰ ਇੱਕ ਉੱਪਰ ਲਿਖਿਆ ਹੋਇਆ ਹੈ ਕਿ ਐਫੀਡੇਵ ਡਾਊਨਲੋਡ ਉਹ ਡਾਊਨਲੋਡ ਕਰ ਸਕਦੇ ਹੋ ਤਾਂ ਐਫੀਡੇਟ ਦੇ ਵਿੱਚ ਉਹ ਸਾਰੀ ਡਿਟੇਲ ਹੈ ਜਿਹੜੀ ਉਹ ਭਰੀ ਜਾਏਗੀ ਯਾਨੀ ਕਿ ਆਪਾਂ ਸਿੱਧੇ ਤੌਰ ਤੇ ਕਹੀਏ ਵੀ ਡਾਕਟਰ ਧਰਮਵੀਰ ਗਾਂਧੀ ਜੋ ਕਾਂਗਰਸ ਤੋਂ ਉਮੀਦਵਾਰ ਨੇ ਪਟਿਆਲਾ ਜ਼ਿਲ੍ਹੇ ਦੇ ਤਾ ਕਰੋੜਾਂ ਰੁਪਏ ਦੇ ਮਾਲਕ ਨੇ ਤਾਂ ਉਹਨਾਂ ਕੋਲ ਜਦਾਦ ਦੀ ਖਾਸੀ ਹੈ ਅਕਾਊਂਟ ਦੇ ਵਿੱਚ ਪੈਸਾ ਵੀ ਜਮਾ ਹੈ ਤੇ ਉਹਨਾਂ ਦਾ ਜਿਹੜਾ ਪਰਿਵਾਰਕ ਮੈਂਬਰ ਹੈ ਤਾਂ ਉਹਨਾਂ ਦੇ ਅਕਾਊਂਟ ਦੇ ਵਿੱਚ ਵੀ ਪੈਸਾ ਪਿਆ ਕਾਸਾ ਜਮਾ ਬਿਲਕੁਲ ਹਾਂ ਇਸੇ ਤਰ੍ਹਾਂ ਇਸ ਤੋਂ ਬਾਅਦ ਗੱਲ ਕਰਾਂਗੇ ਪਰ ਡਾਕਟਰ ਬਲਵੀਰ ਦੀ ਬਿਲਕੁਲ ਡਾਕਟਰ ਸਿਹਤ ਮੰਤਰੀ ਹੈ ਪੰਜਾਬ ਦੇ ਸਿਹਤ ਮੰਤਰੀ ਨੇ ਪੰਜਾਬ ਦੇ ਉਹਨਾਂ ਨੇ 23 24 ਦੀ ਰਿਟਰਨ ਹਜੇ ਸ਼ਾਇਦ ਫਾਈਲ ਨਹੀਂ ਕੀਤੀ ਉਹਨਾਂ ਨੇ 22 23 ਦਾ ਡਾਟਾ ਦਿੱਤਾ ਪਿਛਲਾ ਤੇ ਪਿਛਲਾ ਆਪਾਂ ਦੇਖਿਆ ਕਿ ਉਹਨਾਂ ਨੇ 22 ਨਾਲੋਂ ਕਾਫੀ ਘਾਟਾ ਦਿਖਾਇਆ ਇਸ ਵਾਰੀ ਤੇ ਪਰ ਉਹਨਾਂ ਦੀ ਜੇ ਆਪਾਂ ਲਈ ਹੈ ਉਹਨਾਂ ਦੇ ਕੋਲ ਵੀ ਕਰੋੜ ਉਹਨਾਂ ਨੇ 35 ਲੱਖ 3360 ਰੁਪਏ ਦੀ ਰਿਟਰਨ ਭਰੀ ਹੈ ਜਦੋਂ ਕਿ ਉਹਨਾਂ ਦੀ ਧਰਮ ਪਤਨੀ ਰੁਪਿੰਦਰਜੀਤ ਸੈਣੀ ਉਹਨਾਂ ਨੇ 9 ਲੱਖ 84000 ਦੀ ਰਿਟਰਨ ਭਰੀ ਹੈ ਹੁਣ ਡਾਕਟਰ ਬਲਵੀਰ ਕੋਲ ਜਿਹੜੀ ਨਗਦੀ ਹੈ 95000 ਰੁਪਏ ਤੇ ਉਹਨਾਂ ਦੀ ਧਰਮ ਪਤਨੀ ਦੇ ਕੋਲ ਜਿਹੜੀ ਨਗਦੀ ਹੈ ਉਹ 80000 ਰੁਪਏ ਜਿਹੜੀ ਚੋਣ ਕਮਿਸ਼ਨ ਨੂੰ ਇਹਨਾਂ ਨੇ ਆਪਣੀ ਭਰ ਕੇ ਨਗਦ ਬੜਾ ਘੱਟ ਰੱਖਦੇ ਨੇ ਪਾਣਾ ਜੀ ਆਪਣੀ ਸਰ ਡਾਕਟਰ ਤਾ ਵੀ ਗਾਂਧੀ ਦੀ ਗੱਲ ਕੀਤੀ ਜਾਵੇ ਡਾਕਟਰ ਪਰਵੀਰ ਦੀ ਗੱਲ ਕੀਤੀ ਜਾਵੇ ਤਾਂ ਨਗਦੀ ਬੜੀ ਜਿਆ ਘੱਟ ਜਿਹੜੀ ਆ ਉਹ ਰੱਖਦੇ ਨੇ ਕੀ ਐ ਸਚੌਣ ਕਮਿਸ਼ਨ ਨੂੰ ਦੱਸਣਾ ਦਾ ਵੀ ਸਾਡੇ ਕੋਲ ਨਹੀਂ ਨਗਦੀ ਆ ਬਿਲਕੁਲ ਦੇਖੋ ਇਹ ਕਈ ਵਾਰ ਜਿਹੜੀਆਂ ਸਰਕਾਰੀ ਆਪਾਂ ਕਹਿੰਦੇ ਆ ਵੀ ਦਾਪੇਚ ਹੁੰਦੇ ਨੇ ਕਾਨੂੰਨੀ ਉਹਦੇ ਤੋਂ ਬਚਣ ਲਈ ਕਾਫੀ ਕੁਝ ਜਿਹੜਾ ਆਪਾਂ ਨੂੰ ਕਹਿਣਾ ਦੱਸਣਾ ਜਿਹੜਾ ਲਿਖਣਾ ਪੈਂਦਾ ਹਨਾ ਉਸ ਤਰ੍ਹਾਂ ਹੁਣ ਆਪਾਂ ਇਸ ਤੋਂ ਬਾਅਦ ਗੱਲ ਕਰਾਂਗੇ ਕਿ ਉਹਨਾਂ ਕੋਲ SBI ਦੇ ਵਿੱਚ ਖਾਤਾ ਹੈ ਉਹਦੇ ਵਿੱਚ 5 ਲੱਖ 10000 ਰੁਪਏ ਜਮਾ ਇੱਕ ਹੋਰ SBI ਚਾ ਉਹਦੇ ਵਿੱਚ 56 ਲੱਖ ਰੁਪਏ 83000 ਰੁਪਏ 1.32 ਲੱਖ ਰੁਪਏ ਇਸ ਤਰ੍ਹਾਂ ਉਹਨਾਂ ਕੋਲ ਐਫ ਡੀਆ ਵੀ ਨੇ ਇੱਕ 17 ਲੱਖ ਰੁਪਏ ਦੀ ਹੈ ਇੱਕ 43000 ਦੀ ਇੱਕ 52000 ਦੀ ਇੱਕ 5.5 ਲੱਖ ਰੁਪਏ ਦੀ ਇੱਕ 7.5 ਲੱਖ ਰੁਪਏ ਦੀ ਇਸੇ ਤਰ੍ਹਾਂ ਇੱਕ 10.5 ਲੱਖ ਰੁਪਏ ਦੀ ਐਫ ਡੀਆ ਇੱਕ ਹੋਰ 10.5 ਲੱਖ ਰੁਪਏ ਦੀ ਐਫ ਡੀਆ ਉਹਨਾਂ ਦੇ ਕੋਲ ਇੱਕ 12 ਲੱਖ ਰੁਪਏ ਦੀ ਹੈ ਇੱਕ 3 ਲੱਖ ਰੁਪਏ ਦੀ ਹੈ ਇੱਕ 9 ਲੱਖ ਰੁਪਏ ਦੀ ਹੈ ਇਸ ਤਰ੍ਹਾਂ ਉਹਨਾਂ ਕੋਲ ਦੋ ਗੱਡੀਆਂ ਨੇ ਇੱਕ ਨੋਵਾ ਤੇ ਇੱਕ ਹੋਰ ਗੱਡੀ ਹੈ ਇਹਨਾਂ ਦੀ ਕੀਮਤ ਜਿਹੜੀ ਹੈਗੀ ਹੈ 15 ਲੱਖ ਰੁਪਏ ਆ ਸੋਨਾ ਉਹਨਾਂ ਕੋਲ 12 ਲੱਖ ਰੁਪਏ ਦਾ ਇਸ ਤਰ੍ਹਾਂ ਕੁੱਲ ਮਿਲਾ ਕੇ ਉਹਨਾਂ ਦਾ ਜਿਹੜਾ ਪੌਣੇ 1-2 ਕਰੋੜ ਰੁਪਈਆ ਸਾਰਾ ਬਣਦਾ ਇਹ ਆਮ ਆਦਮੀ ਆ ਜਣੋ ਹਾਂ ਆਮ ਆਦਮੀ ਦੀ ਆਮ ਆਦਮੀ ਬਿਲਕੁਲ ਸਹੀ ਗੱਲ ਆਮ ਆਦਮੀ ਹੁਣ ਅਸੀਂ ਇਸ ਤਰ੍ਹਾਂ ਗੱਲ ਕਰਦੇ ਆਂ ਪਰ ਰੁਪਿੰਦਰਜੀਤ ਕੋਦਲੀ ਉਹਨਾਂ ਦੀ ਧਰਮ ਪਤਨੀ ਆ ਉਹਨਾਂ ਕੋਲ ਆਪਾਂ ਜਿਵੇਂ ਪਹਿਲਾਂ ਗੱਲ ਕਰਿਆ 9,84,300 ਦੀ ਉਹਨਾਂ ਦਾ ਰਿਟਰਨ ਭਰੀ ਆ 80,000 ਰੁਪਈਆ ਨਕਦ ਉਹਨਾਂ ਦੇ ਕੋਲ ਐਸਬੀਆਈ ਦੇ ਵਿੱਚ 67,532 ਰੁਪਈਆ ਸੋਨਾ ਉਹਨਾਂ ਕੋਲ 23 ਲੱਖ ਰੁਪਈਆ ਦਾ ਤੇ ਇਸੇ ਤਰ੍ਹਾਂ 24,47,532 ਰੁਪਏ ਬਣਦਾ ਹੈ ਤੇ ਜਿਹੜੀ ਜਾਇਦਾਦ ਆ ਉਹਨਾਂ ਕੋਲ ਉਹ 4 ਕਰੋੜ 92 ਲੱਖ ਰੁਪਏ ਦੀ ਉਹਨਾਂ ਦੀ ਧਰਮ ਪਤਨੀ ਜਾਨੀ ਕਿ ਆਪ ਸਿੱਧੇ ਤੌਰ ਤੇ ਕਹੀ ਹੈ ਵੀ ਡਾਕਟਰ ਬਲਬੀਰ ਸਿੰਘ ਜਿਹੜੇ ਨੇ ਉਹ ਪਟਿਆਲਾ ਜ਼ਿਲ੍ਹੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਤਾਂ ਉਹ ਵੀ ਜਿਹੜਾ ਕਰੋੜਾਂ ਰੁਪਏ ਦੇ ਮਾਲਕ ਹੈ ਕਿਨਾਂ ਕੋਲ ਇੱਕ ਜ਼ਮੀਨ ਆ 23 ਕਿੱਲੇ ਇੱਕ ਮਕਾਨ ਆ ਜਿਹੜਾ 42 ਲੱਖ ਰੁਪਏ ਤਾਂ ਟੋਟਲ ਕੁੱਲ ਮਲਾ ਕੇ ਕਰੋੜਾਂ ਦੇ ਹਿਸਾਬ ਨਾਲ ਜਿਹੜੀ ਇਹਨਾਂ ਦੀ ਜ਼ਮੀਨ ਧਰਮ ਪਤਨੀ ਪੂਰੇ ਪਰਿਵਾਰ ਦੀ ਧਰਮ ਪਤਨੀ ਤੇ ਆਪਣੀ ਜਿਹੜੀ ਉਹਨਾਂ ਦੀ ਆ ਹੁਣ ਗੱਲ ਇੱਕ ਅਮਰਜੀਤ ਹੋਰ ਵੀ ਆ ਇਹ ਜਿਹੜੀ ਡਿਟੇਲ ਚੋਣ ਕਮਿਸ਼ਨ ਮੰਗਦਾ ਉਹ ਸਿਰਫ ਆਪਣੀ ਤੇ ਸਪਾਊਸ ਦੀ ਮੰਗਦਾ ਹੈ ਬਿਲਕੁਲ ਸੈਲਫ ਟੈਸਪਾਉਸ ਲਈ ਹੁਣ ਉਹਨਾਂ ਦੇ ਅੱਗੇ ਜਿਹੜੇ ਪਰਿਵਾਰ ਬੇਟਾ ਬੇਟੀ ਜਾਂ ਜਿਹੜੇ ਹੈਗੇ ਆ ਤਾਂ ਉਹਨਾਂ ਦੀ ਡਿਟੇਲ ਜਿਹੜੀ ਚੋਣ ਕਮਿਸ਼ਨ ਨਹੀਂ ਮੰਗਦਾ ਹੁਣ ਉਹਨਾਂ ਦੇ ਨਾਂ ਤੇ ਵੀ ਅੱਗੇ ਹੋਏਗੀ ਉਹ ਅੱਗੇ ਜ਼ਿਕਰ ਨਹੀਂ ਕੀਤਾ ਹੋਇਆ ਉਹ ਜਿਕਰ ਉਹ ਤਾਂ ਜ਼ਿਕਰ ਕਰਨਾ ਚੋਣ ਕਮਿਸ਼ਨ ਨੇ ਮੰਗੇ ਨਹੀਂ ਤਾਂ ਉਹਦਾ ਆਪਾਂ ਜ਼ਿਕਰ ਕਰ ਹੀ ਨਹੀਂ ਸਕਦੇ ਤਾਂ ਇਹ ਸ਼ੋਰ ਹੈ ਕਿ ਉਹਨਾਂ ਦੇ ਨਾਂ ਤੇ ਵੀ ਹੋਏਗੀ ਇਸ ਕਰਕੇ ਇਹ ਜਿਹੜੇ ਸਾਡੇ ਦੋ ਉਮੀਦਵਾਰ ਨੇ ਦੋ ਡਾਕਟਰ ਉਮੀਦਵਾਰ ਨੇ ਦੋਨੋਂ ਡਾਕਟਰ ਇੱਕ ਗਰੀਬ ਹੈ ਤੇ ਇੱਕ ਫਕੀਰ ਹੈ ਠੀਕ ਹੈ ਤੇ ਇੱਕ ਆਮ ਤੇ ਇੱਕ ਫਕੀਰ ਹੈ ਇਹ ਦੋਨੋਂ ਫਕੀਰ ਤੇ ਆਮ ਜਿਹੜੇ ਡਾਕਟਰ ਉਮੀਦਵਾਰ ਹੈ ਉਹਨਾਂ ਦੀ ਗੱਲ ਹੈ ਬੜਾ ਪਰ ਬਣ ਜੇ ਆਪਾਂ ਅੰਦਾਜ਼ਾ ਲਾਈ ਲਿਆ ਲੋਕ ਵੀ ਸਮਝ ਗੋੜੇ ਕਹਿੰਕੂ ਅੱਜ ਕੱਲ ਲੋਕ ਜਿਹੜੇ ਨੇ ਉਹ ਬੜੇ ਸਮਝਦਾਰ ਨੇ ਤੁਸੀਂ ਇੱਕ ਫਕੀਰ ਦੀ ਗੱਲ ਕਰ ਰਹੇ ਹੋ ਇੱਕ ਆਮ ਆਦਮੀ ਦੀ ਗੱਲ ਕਰ ਰਹੇ ਹੋ ਵੀ ਆਮ ਆਦਮੀ ਦੇ ਜਿਹੜਾ ਉਮੀਦਵਾਰ ਹੈ ਤਾਂ ਉਹ ਆਪਣੇ ਆਪ ਆਮ ਆਦਮੀ ਕਹਿ ਰਿਹਾ ਉਹਦੇ ਕੋਲ ਕਿਹਨਾਂ ਚ ਕਿੰਨੇ ਪੈਸੇ ਨੇ ਜਿਹੜਾ ਇੱਕ ਫਕੀਰ ਦੱਸ ਰਿਹਾ ਤਾਂ ਉਹਦੇ ਚ ਕਿੰਨਾ ਜਿਹੜਾ ਕਰੋੜ ਰੁਪਇਆ ਜਮਾ ਹੈ ਹਾਂ ਬਿਲਕੁਲ ਦਰਸ਼ਕੋ ਗੱਲ ਇਹ ਆ ਵੀ ਹਲੇ ਸਿਰਫ ਅਸੀਂ ਦੋ ਉਮੀਦਵਾਰਾਂ ਦੀ ਗੱਲ ਕੀਤੀ ਹੈ ਕੱਲ ਫਿਰ ਦੋ ਹੋ ਤੇ ਪ੍ਰਨੀਤ ਕੌਰ ਜਿਹੜੇ ਭਾਜਪਾ ਤੋਂ ਉਮੀਦਵਾਰ ਨੇ ਦੋਨਾਂ ਦੀ ਜਿਹੜੀ ਡਿਟੇਲ ਆ ਤੁਹਾਨੂੰ ਕੱਲ ਦੇਵਾਂਗੇ ਕਿਉਂਕਿ ਅਮਰਜੀਤ ਸਮਾਂ ਇਜਾਜ਼ਤ ਨਹੀਂ ਦੇ ਰਿਹਾ ਸਮਾਂ ਬਹੁਤ ਹੋ ਗਿਆ ਇਸ ਕਰਕੇ ਕੱਲ ਦੋ ਜਿਹੜੇ ਉਮੀਦਵਾਰਾਂ ਦੀ ਡਿਟੇਲ ਕੱਲ ਦਿੱਤੀ ਜਾਏਗੀ ਦਰਸ਼ਕੋ ਜਿਹੜੀ ਜਾਣਕਾਰੀ ਦੇ ਰਹੇ ਆ ਤੁਹਾਨੂੰ ਫੇਰ ਦੱਸ ਰਿਹਾ ਕਿ ਤੁਸੀਂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀ ਜਿਹੜੀ ਵੈਬਸਾਈਟ ਤੇ ਜਾ ਕੇ ਸਿਰਫ ਇਹਨਾਂ ਦੀ ਨਹੀਂ ਕਿਸੇ ਵੀ ਉਮੀਦਵਾਰ ਦੀ ਜਿਹੜੀ ਡਿਟੇਲ ਆ ਤੁਸੀਂ ਲੈ ਸਕਦੇ ਹੋ আর ਇੱਕ ਹੋਰ ਵੀ ਗੱਲ ਜਿਹੜੀ ਦੱਸਣੀ ਆਪਾਂ ਭੁੱਲ ਗਏ ਕਿ ਡਾਕਟਰ ਬਲਵੀਰ ਦੇ ਖਿਲਾਫ ਦੋ ਤਿੰਨ ਕੇਸ ਨੇ ਇਹ ਵੀ ਇਹ ਵੀ ਜੁਰਮਾਨਾ ਮੇਰਾ ਹੀ ਸਵਾਲ ਸੀ ਜਿਸ ਦਾ ਤੁਸੀਂ ਕਿਹਾ ਵੀ ਹ ਜੇਕਰ ਕਿਸੇ ਉਮੀਦਵਾਰ ਦੇ ਖਿਲਾਫ ਜਿਹੜਾ ਪਰਚਾ ਦਰਜ ਹੋ ਜਾਂਦਾ ਤਾਂ ਉਹ ਵੀ ਡਿਟੇਲ ਜਿਹੜੀ ਹੈ ਤੁਹਾਨੂੰ ਦੱਸਣੀ ਪੈਂਦੀ ਆ ਤੁਹਾਨੂੰ ਹਰ ਚੀਜ਼ ਦੱਸਣੀ ਪਵੇਗੀ ਕਿ ਪਰਚਾ ਕਿੱਥੇ ਆ ਕਿੰਨੇ ਨੰਬਰ ਮੁਕੱਦਮਾ ਕਿਹੜੇ ਥਾਣੇ ਦੇ ਵਿੱਚ ਆ ਕਦੋਂ ਹੋਇਆ ਬਰੀ ਹੋਗੇ ਸਜ਼ਾ ਹੋਗੀ ਸਾਰੇ ਕੁਲ ਤੁਹਾਨੂੰ ਦੱਸਣੀ ਪਵੇਗੀ ਇਸੇ ਕਰਕੇ ਡਾਕਟਰ ਬਲਬੀਰ ਨੇ ਜਿਹੜੀ ਡਿਟੇਲ ਦਿੱਤੀ ਆ ਉਹਨਾਂ ਦੇ ਉੱਪਰ ਇੱਕ ਦੋ ਪਰਚੇ ਹੈਗੇ ਨੇ ਮਤਲਬ ਕੇਸ ਚੱਲ ਰਿਹਾ ਉਹਨਾਂ ਦੇ ਜਿਹੜੇ ਤਰ੍ਹਾਂ ਪੈਂਡਿੰਗ ਨੇ ਬੜੀ ਲੰਬੀ ਧੀਰ ਤੋਂ ਆਪਾਂ ਦੇਖ ਰਿਹਾ ਕਿ ਉਹ ਕਾਫੀ ਧੀਰ ਉਹਨਾਂ ਦੇ ਜਿਹਨਾਂ ਸੀ ਉਹ ਵੀ ਇੱਕ ਵਾਰ ਪੀਸੀ ਕਰਕੇ ਆਏ ਸੀ ਪਰ ਪਰਿਵਾਰਕ ਮੈਂਨ ਦਾ ਜਿਹੜਾ ਲੈਣ ਦੇਣ ਹੈਗਾ ਉਹ ਚੱਲ ਰਿਹਾ ਤੇ ਜਿਹੜੇ ਡਾਕਟਰ ਗ ਨੇਗਾ ਨਾ ਹੀ ਉਹਨੇ ਕੋਈ ਡਿਟੇਲ ਦਿੱਤੀ ਹੈ ਬਹੁਤ ਬਹੁਤ ਧੰਨਵਾਦ ਸਭ ਬਿਲਕੁਲ ਅਸੀਂ ਅੱਜ ਜਿਹੜਾ ਬੋਲਦਾ ਪੰਜਾਬ ਦੇ ਵਿੱਚ ਦੋ ਉਮੀਦਵਾਰਾਂ ਦੀ ਡਿਟੇਲ ਆ ਉਹ ਸਾਂਝੀ ਕੀਤੀ ਆ ਆ ਜਿਨ੍ਹਾਂ ਵੱਲੋਂ ਖਾਸ ਤੌਰ ਤੇ ਚੋਣ ਕਮਿਸ਼ਨ ਜਿਹੜੀ ਸਾਰੀ ਡਿਟੇਲ ਆ ਉਹ ਦਿੱਤੀ ਗਈ ਸੀ ਵੀ ਕਿੰਨੇ ਪਰਚੇ ਦਰਜ ਨੇ اکاؤنٹ ਦੇ ਵਿੱਚ ਕਿੰਨਾ ਬੈਲੈਂਸ ਆ ਕਿੰਨਾ ਜਿਹੜਾ اکاؤنٹ ਦੇ ਵਿੱਚ ਜਮਾ ਹੈ ਤੇ ਕਿੰਨੀ ਉਹਦੀ ਪ੍ਰਾਪਤੀ ਹੈ ਇਹ ਸਾਰੀ ਜਿਹੜੀ ਜਾਣਕਾਰੀ ਅਸੀਂ ਬੋਲਦਾ ਪੰਜਾਬ ਦੇ ਵਿੱਚ ਤੁਹਾਨੂੰ ਦੱਸੀ ਆ ਕੱਲ ਕਿਸੇ ਹੋਰ ਉਮੀਦਵਾਰਾਂ ਦੀ ਡਿਟੇਲ ਆ ਤੁਹਾਡੇ ਨਾਲ ਸਾਂਝੀ ਕਰਾਂਗੇ ਮੈਨੂੰ ਤੇ ਮੇਰੇ ਸਹਿਯੋਗੀਆਂ ਨੂੰ ਇਜਾਜ਼ਤ ਧੰਨਵਾਦ